अजीत वैब टीवी देखने वाले दर्शकों का साढ़े उम्मीदवार प्रोग्राम में असीं स्वागत करते हैं। अज असीं तुहाडी मुलाकात कराउण जा रहे हैं हलका सुल्तानपुर लोधी तो कांग्रेस के उम्मीदवार सरदार नवतेज सिंह चीमा जी नाल, जिन्हां नाल गलबात दौरान असीं उन्हां दे सियासी पिछोकड़ ते चोण सरगर्मियां बारे गलबात करांगे। आओ तुहाडे रूबरू कराने आ सरदार नवतेज सिंह जी चीमा नूं। चीमा जी, तुहाडा बहुत-बहुत स्वागत है अजीत वैब टीवी दे साडे उम्मीदवार प्रोग्राम विच। अपने सियासी पिछोकड़ ते चोण सरगर्मियां बारे वैब टीवी दे दर्शकां नूं जानकारी दिओ। थैंक यू, धन्नवाद जी। सियासी पिछोकड़ मेरे फादर साहब MLA रहे आ, ਮੰਤਰੀ ਵੀ ਰਿਹਾ ਥੋੜ੍ਹੀ ਦੇਰ। ਉਸ ਤੋਂ ਬਾਅਦ 2003 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਔਰ ਉਹਨਾਂ ਦੀ ਡੈਥ ਹੋਣ ਤੋਂ 3 ਮਹੀਨੇ ਪਹਿਲਾਂ ਮੈਂ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਬਣ ਗਿਆ ਸੀ, ਸੀਨੀਅਰ ਕਾਂਗਰਸ ਦਾ। ਔਰ ਬੜੀ ਛੋਟੀ ਉਮਰ 'ਚ 28 ਸਾਲ ਦੀ ਉਮਰ 'ਚ ਮੈਂ ਬਣ ਗਿਆ ਸੀ ਕਾਂਗਰਸ ਦਾ ਪ੍ਰੈਜ਼ੀਡੈਂਟ। ਔਰ ਉਸ ਤੋਂ ਬਾਅਦ ਫਿਰ ਮਿਹਨਤ ਕਰਨੀ ਪਈ ਮੈਨੂੰ ਇੰਨਾ ਸਮਾਂ ਇਕੱਲੇ ਨੂੰ, ਔਰ ਲੋਕਾਂ ਦਾ ਬਹੁਤ ਸਾਥ ਦਿੱਤਾ ਔਰ ਇੱਥੋਂ ਤੱਕ ਪਹੁੰਚਣਾ ਇਹ ਪਰਿਵਾਰ ਦਾ ਔਰ ਮੇਰੇ ਫਾਦਰ ਸਾਹਿਬ ਦਾ ਆਸ਼ੀਰਵਾਦ ਔਰ ਉਹਨਾਂ ਦੇ ਕੀਤੇ ਕੰਮ ਜਿਹੜੇ ਮੇਰੇ ਕੰਮ ਆਏ। समाज सेवा के खेत्र विच तुहाडे हलके अंदर किहो जिहा योगदान रहा, उहदे बारे कुछ जानकारी दिओ। समाज सेवा के खेत्र दे विच मेरे फादर साहब ने जिहड़े काम कीते आ, बहुत देर 97 तक रहे आ, उस तों बाद भी उन्हां ने जिहड़े काम कीते और पहलों भी करदे रहे। और मैं भी समाज सेवा दे विच हलका सारा तां ही MLA बंदा बनदा जे समाज सेवा दे विच योगदान पाया होवे। राजनीति विच चीमा साहब आउण दा उद्देश किस मंशे नूं लै के तुसीं राजनीति दे विच आए? लोग सेवा करन दी। और जिहड़ा साडा हलका ये अकाली दल दी हमेशा इत्थे पकड़ रही है और अकाली दल ने मिसयूज किया विकास और मैं कह सकदा कोई काम नहीं किया, सिर्फ एक पंथक हलका जाणिया जांदा सी। मेरे मन दे विच ये गल सी भी इस हलके नूं मेरे फादर साहब ने भी उन्हां तों बाद 16 साल बाद मैं जित्तिया, 17 साल बाद। और यही मेरी सीगी मन दे विच भी इस हलके दी डिवैलपमेंट कराउणी और ये हलका जिहड़ा पछड़िया और जिहड़ा लोकां नूं खराब कीता इन्हां ने, इस परिवार ने हमेशा ਉਹ ਤੋੜਨਾ ਆ और सही काम ਜਿਹੜੇ ਹਲਕੇ ਦੇ ਵਿੱਚ ਕਰਨੇ। ਜੇਕਰ ਇਸ ਚੋਣਾਂ ਦੌਰਾਨ ਤੁਸੀਂ ਸਫਲ ਹੁੰਦੇ ਤੇ ਹਲਕੇ ਦੇ ਕਿਹੜੇ ਵਿਕਾਸ ਕਾਰਜ ਆ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਕਰਾਉਣਾ ਚਾਹੋਗੇ ਤੇ ਵਿਧਾਨ ਸਭਾ 'ਚ ਕਿਹੋ ਜਿਹਾ ਰੋਲ ਹੈਗਾ ਜੀ ਤੁਹਾਡਾ? ਮੈਂ ਇਸ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਹਸਪੀਟਲ ਔਰ ਜਿਹੜੇ ਹਰ ਪਿੰਡ ਦੇ ਵਿੱਚ ਜਿਮ ਔਰ ਜਿਹੜੇ ਬੱਚਿਆਂ ਲਈ ਸਟੇਡੀਅਮ ਸਪੋਰਟਸ ਲਈ ਔਰ ਜਿਹੜਾ ਮੰਡ ਖੇਤਰ ਸਾਡਾ ਪੈਂਦਾ ਉਹਦੇ ਲਈ ਜਿਹੜਾ ਪੁਲ ਦਾ ਪ੍ਰਬੰਧ ਔਰ ਜਿਹੜੀਆਂ ਮੁੱਢਲੀਆਂ ਸਹੂਲਤਾਂ ਆ ਉਹ ਪੂਰੀਆਂ ਪ੍ਰਦਾਨ ਕਰਵਾਵਾਂਗੇ। ਪੰਜਾਬ 'ਚ ਕਿਹੜੀਆਂ ਤੁਸੀਂ 4-5 ਮੁੱਖ ਸਮੱਸਿਆਵਾਂ ਸਮਝਦੇ ਹੋ ਵੀ ਜਿਹਦੇ ਹੱਲ ਦੀ ਲੋੜ ਆ ਤੇ ਕਿਹੋ ਜਿਹੇ ਹੱਲ ਹੋਣੇ ਚਾਹੀਦੇ ਇਹਨਾਂ ਦੇ? ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡੀ ਲੋੜ ਆ ਜਿਹੜਾ ਸਮੱਸਿਆ ਹੱਲ ਕਰਨ ਦੀ ਬੇਰੁਜ਼ਗਾਰੀ ਦੀ, ਦੂਸਰੀ ਜਿਹੜੀ ਲੋੜ ਆ ਨਸ਼ੇ ਦੀ ਜਿਹੜੀ ਖਾਤਮਾ ਕਰਨ ਦੀ ਲੋੜ ਆ, ਤੀਸਰਾ ਜਿਹੜਾ ਅਮਨ ਕਾਨੂੰਨ ਦੀ ਸਥਿਤੀ, ਫਿਰ ਸਾਫ਼ ਸੁਥਰਾ ਪ੍ਰਸ਼ਾਸਨ ਔਰ ਵਧੀਆ ਕੁਆਲਿਟੀ ਲੀਡਰਸ਼ਿਪ ਹੋਵੇ ਔਰ ਜਿਹੜਾ ਸਭ ਤੋਂ ਜ਼ਰੂਰੀ ਜਿਹੜਾ ਆ ਨਾ ਲੋਕਾਂ ਨੂੰ ਜਿਹੜਾ ਉਹ ਸੁੱਖ ਸ਼ਾਂਤੀ ਦੀ ਜਿਹੜੀ ਜ਼ਿੰਦਗੀ ਆ ਨਾ ਉਹ। ਚੀਮਾ ਸਾਹਿਬ, ਅਜੋਕੇ ਮਾਹੌਲ ਦੌਰਾਨ ਸੂਬੇ ਅੰਦਰ ਕਿਸ ਤਰ੍ਹਾਂ ਦੀ ਸਰਕਾਰ ਦੀ ਲੋੜ ਸਮਝ ਜਿਹੜੀ ਲੋਕਾਂ ਦਾ ਧਿਆਨ ਰੱਖੇ ਤੇ ਕੰਮ ਕਰੇ? ਮੌਜੂਦ ਹੁਣ ਸਮੇਂ ਦੀ ਲੋੜ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਲੋੜ ਆ, ਪੰਜਾਬ 'ਚ ਕਾਂਗਰਸ ਦੀ ਸਰਕਾਰ ਦੀ ਲੋੜ ਆ ਔਰ ਹਰ ਇੱਕ ਬੰਦਾ ਅੱਜ ਬੱਚਾ ਹੋਵੇ ਵੱਡਾ ਹੋਵੇ ਹਰ ਬੰਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਵੇਟ ਕਰ ਰਿਹਾ। ਔਰ ਬੜੇ ਭਾਰੀ ਬਹੁਮਤ ਨਾਲ ਮੈਂ ਜੋ ਮੇਰੀ ਆਪਣੀ ਆ ਜੋ ਲੋਕਾਂ ਦੀ ਜਿਹੜੀ ਆਸ ਉਮੀਦ ਆ ਉਹ ਸਰਕਾਰ ਕੈਪਟਨ ਸਾਹਿਬ ਦੀ ਬਣੂਗੀ। ਅਜੀਤ ਵੈਬ ਟੀਵੀ ਰਾਹੀਂ ਹਲਕੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਬਸ ਮੈਂ ਹਲਕੇ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਉਮੀਦਵਾਰ ਆਪਣਾ ਉਹ ਚੁਣੋ ਜਿਹੜਾ ਉਮੀਦਵਾਰ ਇਮਾਨਦਾਰ ਔਰ ਸਹੀ ਹੋਵੇ ਔਰ ਜਿਹੜਾ ਉਮੀਦਵਾਰ ਹਲਕੇ ਦੇ ਵਿੱਚ ਜਿਹਦਾ ਘਰ ਹੋਵੇ, ਹਲਕੇ ਦੇ ਵਿੱਚ ਉਹਦਾ ਪਰਿਵਾਰ ਹੋਵੇ, ਹਲਕੇ ਦੇ ਵਿੱਚ ਉਹ ਰਹਿੰਦਾ ਹੋਵੇ, ਜਿਹਨੂੰ ਤੁਸੀਂ ਸਦਾ ਹੀ ਫੜ ਸਕਦੇ ਹੋ। ਔਰ ਬਾਹਰਲੇ ਉਮੀਦਵਾਰ ਜਿਹੜੇ ਤੁਰੇ ਫਿਰਦੇ ਜਿਨ੍ਹਾਂ ਦੇ ਘਰ ਘਾਟ ਇੱਥੇ ਨਹੀਂ, ਉਹਨਾਂ ਦੇ ਨਾਂ ਕੋਈ ਭਰੋਸਾ ਕੀਤਾ ਜਾਵੇ। ਔਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨੀ ਆ ਉਹਦੇ ਵਿੱਚ ਆਪਾਂ ਵੀ ਸੀਟ ਜਿੱਤ ਕੇ ਹਿੱਸਾ ਪਾਈਏ। ਅਜੀਤ ਵੈਬ ਟੀਵੀ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ये सन विधान सभा हलका सुल्तानपुर लोधी तो कांग्रेस के उम्मीदवार सरदार नवतेज सिंह जी चीमा, जिन्होंने अज तुहानूं असीं रूबरू करवाया तो उन्होंने विचार तुहानूं दस्से कि चोणां संबंधी अपने हलके लिए उन्होंने की विचार हैं। आउंदे समय दौरान होर उम्मीदवार लैके साडे उम्मीदवार प्रोग्राम में असीं शामिल होवांगे। तद तक देखते रहो अजीत वैब टीवी।